ਆਪਣੇ ਪੀਰ ਮੁਰਸ਼ਿਦ ਦੇ ਕੋਲ ਆਇਆ, ਸਾਡੀ ਕੋਈ ਹਾਲਤ ਸਾਡੇ ਪੀਰ ਕੋਲੋਂ ਪੁੱਛੀਦਾ ਨਹੀਂ। ਸਭ ਕੰਮ ਛੱਡ ਦਿਓ, ਇੱਧਰ ਉੱਧਰ ਫਿਰਨਾ ਛੱਡ ਦਿਓ, ਔਰਤਾਂ ਆਰਾਮ ਦੇ ਨਾਲ ਬੈਠੋ, ਅੱਲਾਹ ਦੇ ਹਬੀਬੇ ਪਾਕ ਦਾ ਜ਼ਿਕਰ ਸੁਣੋ, ਔਲੀਆ ਇਕਰਾਮ ਦਾ ਜ਼ਿਕਰ ਸੁਣੋ, ਤੇ ਤੁਹਾਡੇ ਸੀਨੇ ਕਮਲੀ ਵਾਲੇ ਦੀ ਮੁਹੱਬਤ ਨਾਲ ਨੂਰ ਇਵੇਂ ਨਹੀਂ ਇੱਥੇ ਆ ਕੇ ਉਹਨਾਂ ਨੇ ਡੇਰਾ ਲਗਾ ਲਿਆ। ਹਾਂ, ਸ਼ਹਿਰਾਂ ਦੇ ਵਿੱਚ ਬਹਿ ਜਾਣਾ ਹੋਰ ਗੱਲ, ਜੰਗਲਾਂ ਦੇ ਵਿੱਚ ਆ ਕੇ ਜੰਗਲ ਨੂੰ ਬਾਦਸ਼ਾਹ ਸ਼ਹਿਰ ਸ਼ਹਿਰਾਂ ਦੇ ਬਣਾ ਛੱਡਣੇ ਔਰ ਜੰਨਤ ਬਣਾ ਛੱਡਣੀ, ਇਹ ਵਧੀਆ ਗੱਲ। ਬਲੀ ਜਦੋਂ ਵੀ ਕਿਤੇ ਜਾਂਦੇ ਨੇ ਜੰਗਲ ਦੀ ਡੇਰੇ ਦਾ, ਇਹਨਾਂ ਦੇ ਬਾਰੇ ਦੇ ਮੁਹਤਰਮ ਸਵਾਜੀ ਪੀਰ ਜਿਸ ਦਿਨ ਕਸੂਰ ਸ਼੍ਰੀ ਕਸ਼ਮੀਰ ਗਏ ਨੇ, ਉੱਥੇ ਵੀ ਸ਼ਹਿਰ ਸਾਰਾ ਚੱਲ ਰਿਹਾ ਕੁਛ ਨੀ ਸੀ ਆਖਿਆ ਭਾਈ ਆ ਚੌਧਰੀ ਜਨਵਰ ਗੱਲ ਉੱਥੇ ਹੁਣ ਇੱਥੇ ਦੇਖ ਲਓ ਕੀ ਬਣਦਾ, ਸਪੀਕਰ ਲੱਗ ਗਿਆ ਜੀ, ਸਭ ਕੁਛ ਬਣਦਾ ਔਰ ਜੋ ਕੁਛ ਇੱਥੇ ਹੋ ਰਿਹਾ ਇੰਨੀ ਜਲਦੀ ਹੋ ਰਿਹਾ ਜਿਹੜਾ ਕਿਤੇ ਹੋ ਹੀ ਨਹੀਂ। ਵਹਿਮੋ ਗੁਮਾਨ ਚੋਂ ਇਹ ਚੀਜ਼ਾਂ ਬਾਹਰ ਨੇ, ਅਸੀਂ ਨਹੀਂ ਕਰ ਰਹੇ ਨਾ ਸਾਹਿਬ ਯਾਦਗਾਰ ਕਰ ਰਹੇ ਨੇ, ਇਹ ਸਾਈ ਆਪੇ ਮੇਰੂ ਬਦਲਾਵ ਕਰਦੇ ਬਣਾਇਆ ਨੱਬੇ ਲੱਖ ਕਾਫਰਾਂ ਨੂੰ ਕਰਮਾ ਬਣਾਉਣ ਵਾਲਾ ਦਾਦਾ ਸਾਹਿਬ ਦੇ ਰੋਜ਼ੇ ਦੇ ਕਦਮਾਂ ਵਿੱਚ ਆ ਗਿਆ ਤੇ ਮਦੀਨੇ ਸ਼ਰੀਫ ਤੋਂ ਹੁਕਮ ਹੁੰਦਾ ਜਾਓ ਹਿੰਦੁਸਤਾਨ ਦੀ ਤਰਫ। ਆਪ ਦੇ ਪੀਰੋ ਮੁਰਸ਼ਦ ਖਾਜਾ ਉਸਮਾਨ ਹਰੂਨੀ ਰਹਿਮਤੁਲਲਾਹ ਤਾਲਾ ਹੈ, ਆਪ ਅੱਗੇ ਬੇਨ ਹਾਰ ਸ਼ਾਗਿਰਦ ਨੂੰ ਆਪ ਦੀ ਬਗਦਾਦ ਸ਼ਰੀਫ ਰਹਿੰਦੇ ਨੇ, ਰੂਹ ਗੌਸ ਪਾਕ ਦੇ ਬੁੱਢੀ ਦੇ ਲੈ ਗਏ ਹਜ਼ਰਤ ਇਮਾਮ ਆਜ਼ਮ ਰਹਿਮਤੁਲਲਾਹ ਅਲੈਹ ਦੇ ਚੌਂਕ ਜਿਹੜਾ ਨਾਲ ਮਸਜਿਦ ਹੈ ਨਾਲ ਮਦਰਸਾ ਹੈ ਉਹ ਚੌਂਕ ਦੇ ਸਾਹਮਣੇ ਗਲੀ ਹੈ ਉਹਦੇ ਉੱਤੇ ਬੋਰਡ ਲੱਗਾ ਕਿ ਯੇ ਇਸ ਗਲੀ ਮੇ ਹਜ਼ਰਤ ਖਾਜਾ ਮੋਇਨੁਦੀਨ ਬੇਰੀ ਕੇ ਵਾਲਦ ਮੁਹਤਰਮ ਹਜ਼ਰਤ ਅਹਿਮਦ ਹਸਨ ਨੂਰੀ ਰਹਿਮਤੁਲਲਾਹ ਅਲੈਹ ਕਮਦਾ ਹੈ। ਇਹ ਪੀਰੋ ਮੁਰਸ਼ਿਦ ਨੇ ਕਮਾਨ ਵਿਸਰਿਤ ਕਰ ਦਿੱਤਾ ਤੇ ਰੋਜ਼ੇ ਸ਼ਰੀਫ ਦੇ ਹਾਲ ਦੀ ਮਿਲੀ ਨਹੀਂ ਸਕੀ ਹੈ ਤੇ ਮੋਰ ਉੱਥੋਂ ਵੀ ਚੱਲ ਕੇ ਗਿਆ। ਜਿਸਲੇ ਸਾਹਮਣੇ ਪੀਰ ਤੇ ਮੁਰੀਦ ਖੜੋਤੇ ਖਾਜਾ ਮੋਇਨੁਦੀਨ ਅਜਮੇਰੀ ਨਬੀ ਪਾਕ ਦੇ ਰੋਜ਼ੇ ਦੇ ਸਾਹਮਣੇ ਖੜੋ ਕੇ ਅਰਜ਼ ਕਰਦੇ ਨੇ ਅਸਲਾਤੋ ਵਸਲਾਮੋ ਅਲੈਕਾ ਯਾ ਸੈਯਦਲ ਮੁਰਸਲੀਨ। ਇਹ ਅਸੀਂ ਨਹੀਂ ਰਹੇ ਇਸਲਾਮ ਪੜ੍ਹਿਆ, ਖਾਜਾ ਮੋਇਨੁਦੀਨ ਅਜਮੇਰੀ ਵੀ ਪੜ੍ਹਦੇ ਰਹੇ ਨੇ, ਹਜ਼ਰਤ ਇਮਾਮ ਆਜ਼ਮ ਰੱਖ ਦਿੱਤਾ ਹੈ ਸਾਰੇ ਹਿੰਦੁਸਤਾਨ ਦੀ ਇੱਕ ਗਲੀ ਜਾਂਦਾ ਸਾਹਿਬ ਕਰਾ ਦੇ ਮਾਇਆ ਆਤਮ
अल्लाह ताला आलम नूर है, बेशक आता सब कुछ जानता है, अल्लाह ताला पूछेगा कितने
पता नहीं सी भी हाथ विच की है।